ਗੁਰੂ ਪਿਆਰੀ ਸਾਧ ਸੰਗਤ ਜੀ, ਨਾਨਕ ਸਰ ਸੀੜਾ ਸਾਹਿਬ ਵਿਖੇ ਜੋ ਧੰਨ ਧੰਨ ਬਾਬਾ ਗੁਰਦੇਵ ਸਿੰਘ ਮਹਾਰਾਜ ਜੀ ਨੇ, ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਬਖਸ਼ੇ ਹਨ, ਸਮਾਗਮ ਬਖਸ਼ੇ ਹਨ। 111ਵੇਂ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਸਮਾਗਮ 'ਤੇ ਪਹੁੰਚੀ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅਵਤਾਰ ਧਾਰ ਕੇ ਪਿੰਡ ਝੋਲੜਾਂ ਆਇਆ, ਗੁਰਬਾਣੀ ਅਤੇ ਅੰਮ੍ਰਿਤ ਹੋਕਾ ਦੇ ਕੇ ਵਰਤਾਇਆ। ਬਾਬਾ ਜੀ ਦਾ ਮਿਸ਼ਨ, ਬਾਬਾ ਜੀ ਦਾ ਉਦੇਸ਼, ਗੁਰਬਾਣੀ ਅਤੇ ਅੰਮ੍ਰਿਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੋੜਨਾ, ਅੰਮ੍ਰਿਤ ਛਕਾਉਣਾ। ਜਿੱਥੇ ਪਿੰਡਾਂ ਦੇ ਵਿੱਚ ਆਪਾਂ ਸਮਝਦੇ ਹਾਂ, ਪਿੰਡਾਂ ਸ਼ਹਿਰਾਂ 'ਚ ਬਾਬਾ ਜੀ ਨੇ ਸਮੇਂ ਬਖਸ਼ੇ, 7.5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਪਹਿਲਾਂ ਰਾਗੀ ਸਿੰਘ ਚਲੇ ਜਾਣੇ, ਕੀਰਤਨ ਕਰਨਾ, ਉਪਰੰਤ ਬਾਬਾ ਜੀ ਨੇ ਬਚਨ ਕਰਨੇ, ਫਿਰ ਪੰਜਾਂ ਪਿਆਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਛਕਾਉਣਾ ਸ਼ੁਰੂ ਕਰ ਦੇਣਾ। ਇਕੱਲੇ ਸਮਾਧ ਭਾਈ ਪਿੰਡ ਵਿੱਚ ਬਾਬਾ ਗੇਜਾ ਸਿੰਘ ਮਹਾਰਾਜ ਨੇ ਇਤਿਹਾਸ ਲਿਖਿਆ ਹੈ, 3 ਦਿਨਾਂ ਦੇ ਵਿੱਚ 8000 ਪ੍ਰਾਣੀ ਨੇ ਅੰਮ੍ਰਿਤਪਾਨ ਕੀਤਾ। 8000 ਪ੍ਰਾਣੀ ਨੇ ਰਿਕਾਰਡ ਹੈ, ਇੱਕ ਸਭ ਤੋਂ ਵੱਧ ਅੰਮ੍ਰਿਤ ਸਮਾਧ ਭਾਈ ਵਿਖੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਇਸੇ ਤਰ੍ਹਾਂ ਬਖਸ਼ਿਸ਼ਾਂ ਕੀਤੀਆਂ। ਇੱਕ ਸਾਖੀ ਆਪਾਂ ਬਹੁਤ ਸਰਵਣ ਕੀਤਾ, ਭਾਈ ਨਰਿੰਦਰ ਸਿੰਘ ਜੀ ਹੋਣਾ ਪਾਸੋਂ, ਭਾਈ ਸਤਨਾਮ ਜੀ ਹੋਣਾ ਪਾਸੋਂ, ਬਾਬਾ ਜੀ ਦੇ ਗੁਰੂ ਦੇ ਪਿਆਰ ਵਾਲੇ ਹਨ। ਬਖਸ਼ੀਸ਼ ਸਿੰਘ ਜੀ ਬਰਸਾਲਾ ਤੋਂ ਪਟਨਾ ਸਾਹਿਬ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਸਨ, ਉੱਥੇ ਬਾਬਾ ਜੀ ਨੇ ਦੀਵਾਨ ਲਾਏ। ਸਮਾਂ ਸੋਹਣਾ ਲੱਗਿਆ, ਸੰਗਤਾਂ ਹੱਥ ਬੰਨੀ ਖੜਦੀਆਂ ਹਨ, ਬਾਬਾ ਜੀ ਸਮਾਂ ਬਖਸ਼ਿਓ। ਬਖਸ਼ੀਸ਼ ਸਿੰਘ ਨੂੰ ਅੱਗੇ ਲਾਇਆ, ਸੰਗਤ ਨੇ ਬੇਨਤੀ ਕੀਤੀ, ਬਖਸ਼ੀਸ਼ ਸਿੰਘ ਜੀ ਕਹਿੰਦੇ ਬਾਬਾ ਜੀ ਸਾਨੂੰ ਸਮਾਂ ਹੋਰ ਬਖਸ਼ਿਓ। ਬਾਬਾ ਜੀ ਕਹਿੰਦੇ ਵੀ ਸਮਾਂ ਮਿਲ ਜਾਏਗਾ, ਸਾਡੀ ਭੇਟਾ ਦੇਣੀ ਪੈਣੀ ਹੈ। ਬਖਸ਼ੀਸ਼ ਸਿੰਘ ਬੜਾ ਦਾਨੀ ਪੁਰਖ ਸੀ, ਪੰਜਾਬ ਤੋਂ ਮਹਾਂਪੁਰਖ ਹੋਰ ਸੰਗਤਾਂ ਕਮੇਟੀਆਂ ਜਾਂਦੀਆਂ ਰਹਿੰਦੀਆਂ ਸਨ। ਜਦੋਂ ਬਾਬਾ ਜੀ ਨੇ ਇਹ ਗੱਲ ਕਹੀ, ਬਖਸ਼ੀਸ਼ ਸਿੰਘ ਨੇ ਸੋਚਿਆ ਵੀ ਕੋਈ ਗੱਲ ਨਹੀਂ, ਭੇਟਾ ਦੇ ਦਿਆਂਗੇ। ਬਾਬਾ ਜੀ ਅੰਤਰਜਾਮੀ ਕਹਿੰਦੇ ਭੇਟਾ ਸੋਚ ਲੈ। ਬਖਸ਼ੀਸ਼ ਸਿੰਘ ਨੇ ਸੋਚਿਆ ਵੀ ਆਪਾਂ 50,000 ਭੇਟਾ ਦੇ ਦਿਆਂਗੇ। ਇਹ ਗੱਲਾਂ ਅੰਦਾਜ਼ਾ ਲਾਈਏ ਆਪਾਂ 60 ਕੁ ਦੇ ਨੇੜੇ ਤਕਰੀਬਨ, 59-60 ਦੀਆਂ। ਉਸ ਟਾਈਮ ਦੇਖੋ ਆਪਣੀ ਮਾਇਆ ਦਾ ਕੀ ਕਰੰਸੀ ਦਾ ਮੁੱਲ ਸੀ। ਫਿਰ ਕੀ ਹੋਇਆ, ਬਾਬਾ ਜੀ ਕਹਿੰਦੇ ਭੇਟਾ ਥੋੜ੍ਹੀ ਸੋਚੀ ਹੈ। ਬਖਸ਼ੀਸ਼ ਸਿੰਘ ਬੜਾ ਹੈਰਾਨ ਹੋਇਆ, ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਆਪਾਂ 1,00,000 ਰੁਪਈਆ ਭੇਟਾ ਦੇ ਦਿਆਂਗੇ। ਬਥੇਰੇ ਮਹਾਂਪੁਰਖ ਆਉਂਦੇ ਆ, ਕੋਈ ਕਹਿੰਦੇ ਸਕੂਲ ਬਣਾਉਣਾ, ਕੋਈ ਕਹਿੰਦੇ ਗਊਸ਼ਾਲਾ ਬਣਾਉਣੀ ਹੈ, ਕੋਈ ਹਸਪਤਾਲ ਬਣਾਉਣਾ, ਅਤੇ ਆਪਾਂ 1,00,000 ਰੁਪਈਆ ਭੇਟਾ ਕਰ ਦਿਆਂਗੇ। ਬਾਬਾ ਜੀ ਕਹਿੰਦੇ ਹਲੇ ਵੀ ਥੋੜ੍ਹੀ ਆ ਭੇਟਾ। ਬਖਸ਼ੀਸ਼ ਸਿੰਘ ਕਹਿੰਦਾ ਬਾਬਾ ਜੀ ਫਿਰ ਆਪ ਦੱਸ ਦਿਓ, ਆਪ ਕਿਰਪਾ ਕਰ ਦਿਓ। ਬਾਬਾ ਜੀ ਕਹਿੰਦੇ ਫਿਰ ਅੰਮ੍ਰਿਤ ਛਕ ਲੈ, ਸਾਡੀ ਇਹ ਭੇਟ ਹੈ। ਬਖਸ਼ੀਸ਼ ਸਿੰਘ ਬੜਾ ਹੈਰਾਨ, ਅੱਖਾਂ 'ਚੋਂ ਪਾਣੀ ਆ ਗਿਆ। ਬਾਬਾ ਜੀ ਹਲੇ ਤੱਕ ਜੋ ਵੀ ਮਹਾਂਪੁਰਖ, ਜੋ ਕਮੇਟੀਆਂ ਜੋ ਆਏ ਸਾਡੇ ਕੋਲ, ਕਿਸੇ ਨੇ ਮੇਰੇ ਬਾਰੇ ਨਹੀਂ ਸੋਚਿਆ, ਮੇਰੇ ਜੀਵਨ ਬਾਰੇ ਤੁਸੀਂ ਸੋਚਿਆ ਅੱਜ। ਅਤੇ ਬਖਸ਼ੀਸ਼ ਸਿੰਘ ਨੇ ਅੰਮ੍ਰਿਤ ਛਕ ਲਿਆ ਜੀ। ਅਨੇਕਾਂ ਮਗਰ ਡਰਾਈਵਰਾਂ ਨੇ, ਕੰਡਕਟਰਾਂ ਨੇ, ਸਾਰਿਆਂ ਨੇ, ਬਹੁਤ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ। ਹੁਣ ਤੁਸੀਂ ਜਾ ਕੇ ਵੇਖੋ ਨਾ ਕਿਤੇ ਗੁਰੂ ਕੇ ਬਾਗ ਪਟਨਾ ਸਾਹਿਬ ਵਿਖੇ,
ਦਾਸ ਨੇ ਦਰਸ਼ਨ ਕੀਤੇ ਹੈ, ਉੱਥੇ ਇੱਕ ਸਿੱਲ ਲੱਗੀ ਹੈ ਪੱਥਰ ਦੀ ਸਿੱਲ, ਸ਼ਾਇਦ 1968 ਸਨ ਦੀ ਹੈ ਉਹ। ਬਾਬਾ ਈਸ਼ਰ ਸਿੰਘ ਮਹਾਰਾਜ ਦੀ ਯਾਦ ਵਿੱਚ ਬਖਸ਼ੀਸ਼ ਸਿੰਘ ਨੇ 10,000 ਰੁਪਇਆ ਭੇਟਾ ਕੀਤਾ ਉੱਥੇ, ਉਹ ਸਿੱਲ ਲੱਗੀ ਹੈ ਬਾਬਾ ਜੀ ਦੇ ਯਾਦ 'ਚ, ਮੇਰੇ ਕੋਲ ਫੋਟੋ ਵੀ ਖਿੱਚੀ ਵੀ ਹੈ। ਸੋ ਐਸੇ ਸਨ ਬਾਬਾ ਜੀ, ਜ਼ਿੰਦਗੀ ਤਬਦੀਲ ਕਰਨ ਵਾਲੇ। ਝੋਲੜਾ ਨਗਰ, ਜਿਨ੍ਹਾਂ ਦੀ ਉਪਮਾ ਆਪਾਂ ਭਾਈ ਸਤਨਾਮ ਸਿੰਘ ਜੀ ਤੋਂ, ਭਾਈ ਨਰਿੰਦਰ ਸਿੰਘ ਜੀ ਤੋਂ ਸਰਵਣ ਕੀਤੀ ਹੈ, ਉਹ ਆਮ ਨਗਰ ਹੈ। ਮੈਨੂੰ ਮਾਣ ਹੈ ਇਸ ਗੱਲ 'ਤੇ, ਬਾਬਾ ਜੀ ਨੇ ਮੇਰੇ 'ਤੇ ਕਿਰਪਾ ਝੋਲੜਾ ਨਗਰ 'ਤੇ ਕੀਤੀ ਸੀ। ਮੈਨੂੰ ਪਹਿਲੀ ਵਾਰੀ ਦਰਸ਼ਨ ਬਾਬਾ ਜੀ ਦੇ, ਬਾਬਾ ਗੁਰਦੇਵ ਜੀ ਦੇ, ਮੇਰੀ ਮਾਂ ਮੈਨੂੰ ਮੋਢਿਆਂ 'ਤੇ ਚੱਕ ਕੇ ਮਾਣੂਕਿਆਂ ਤੋਂ ਲੈ ਕੇ ਜਾਂਦੀ ਹੁੰਦੀ ਸੀ, ਜਾ ਕੇ ਖੜ੍ਹੇ 5 ਸਾਲ ਦਾ ਸੀ ਇਹ, ਮੇਰੇ ਖਿਆਲ 62 ਦਾ ਮੇਰਾ ਜਨਮ ਹੈ ਅਤੇ 67-68 ਦੀ ਗੱਲ ਹੈ। ਬਾਬਾ ਜੀ ਮਿੰਨੀ ਬੱਸ 'ਚ ਉੱਤਰ ਕੇ ਜਾ ਰਹੇ, ਮੈਨੂੰ ਹਲੇ ਵੀ ਸੀਨ ਯਾਦ ਆ ਉਹ। ਮੇਰੀ ਮਾਂ ਕਹਿੰਦੀ ਸਮਾਧ ਵਾਲੇ ਬਾਬਾ ਜੀ ਹੈ, ਕੀ ਪਤਾ ਸੀ ਬਾਬਾ ਜੀ ਨੇ ਆਪਦੇ ਚਰਨ ਕਮਲਾਂ ਨਾਲ ਜੋੜਨਾ। ਉਸ ਅਸਥਾਨ 'ਤੇ ਬਾਬਾ ਸਿੰਘ ਜੀ ਹੁੰਦੇ ਸਨ, ਬਾਬਾ ਈਸ਼ਰ ਸਿੰਘ ਮਹਾਰਾਜ ਦੇ ਮੁਖੀ ਉਸ ਵੇਲੇ। ਬਾਬਾ ਜੀ ਉੱਥੇ ਬੈਠੇ, ਬਾਬਾ ਸਿੰਘ ਜੀ, ਮੁਖਤਿਆਰ ਸਿੰਘ ਜੀ ਜਥੇਦਾਰ ਅਤੇ ਹੋਰ ਵੀ ਜੋ ਸੰਗਤਾਂ ਸਨ, ਬਾਬਾ ਜੀ ਇੱਕਦਮ ਉੱਠ ਕੇ ਕਹਿੰਦੇ, ਬਾਬਾ ਉਹ ਬਾਬਾ ਆਓ ਤੁਹਾਨੂੰ ਕੁਛ ਦੇਈਏ, ਫਿਰ ਕਹੋਗੇ ਦੇ ਕੇ ਨਹੀਂ ਗਏ। ਗਿਆਨੀ ਗੁਰਚਰਨ ਆਪਣਾ ਪ੍ਰੀਤਮ ਸਿੰਘ ਜੀ ਮਸਤਾਨਾ ਦੀ ਕਿਤਾਬ 'ਚ ਸਾਖੀ ਲਿਖੀ ਹੈ ਇਹ। ਜਥੇਦਾਰ ਜੀ, ਮੁਖਤਿਆਰ ਸਿੰਘ ਜੀ, ਬਾਬਾ ਸਿੰਘ ਜੀ, ਹੋਰ ਸੰਗਤਾਂ ਇੱਕਦਮ ਆਏ, ਕਹਿੰਦੇ ਲਿਆਓ ਤੁਹਾਨੂੰ ਠਾਕਰ ਦੇਈਏ ਅੱਜ। ਬਾਬਾ ਜੀ ਕਹਿੰਦੇ ਤਿਲਕ ਲਾਉਣ ਨੂੰ ਲਿਆਓ, ਕੁਛ ਨਲੇਰ ਹੈਗਾ ਉਹ ਵੀ ਲਿਆਓ, ਪ੍ਰਸ਼ਾਦ ਲਿਆਓ, ਦਸਤਾਰ ਲਿਆਓ। ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਨੂੰ ਸੱਦਿਆ, ਠਾਕਰ ਜੀ ਆਓ। ਬਾਬਾ ਜੀ ਨੇ ਝੋਲੀ ਅੱਡੀ, ਜੋ ਤਿਲਕ ਪਤਾ ਨਹੀਂ ਕਿਸ ਚੀਜ਼ ਦਾ ਬਣਾਇਆ, ਉਹ ਤਿਲਕ ਲਾਇਆ ਬਾਬਾ ਜੀ ਨੂੰ, ਝੋਲੀ 'ਚ ਪ੍ਰਸ਼ਾਦ ਪਾਇਆ। ਸਾਧ ਸੰਗਤ ਜੀ, ਇੱਕ ਅਦੁੱਤੀ ਗੱਲ ਹੋ ਹੀ ਜਾਂਦਾ ਨਾਲ ਦੇ ਸੇਵਾਦਾਰਾਂ ਨੂੰ, ਵੀ ਬਾਬਾ ਜੀ ਇੰਨਾ ਮਾਣ ਦੇ ਰਹੇ ਆ। ਹਜੂਰੀਆ ਸਿੰਘ ਪਤਾ ਨਹੀਂ ਕੌਣ ਸੀ, ਮੇਰੇ ਯਾਦ ਨਹੀਂ, ਮੈਂ ਵਿਸਾਖੀ 'ਚ ਵੀ ਨਹੀਂ ਲਿਖਿਆ, ਉਹਨਾਂ ਨੇ ਕਹਿੰਦੇ ਲਿਆਓ ਦਸਤਾਰ, ਅਤੇ ਦਸਤਾਰ ਨਹੀਂ ਦਿੱਤੀ, 2.5 ਮੀਟਰ ਦਾ ਪਰਨਾ ਦਿੱਤਾ ਉਸ ਟਾਈਮ, ਅਤੇ ਬਾਬਾ ਜੀ ਦੀ ਝੋਲੀ 'ਚ ਪਾਇਆ। ਹਾਲੇ ਤੱਕ ਦਾ ਰਿਕਾਰਡ ਗਵਾਹ ਹੈ ਸਾਰੀ ਸੰਗਤ, ਭਾਈ ਕੁਲਵੰਤ ਸਿੰਘ ਜੀ, ਭਾਈ ਨਰਿੰਦਰ ਸਿੰਘ ਜੀ, ਭਾਈ ਧਰਮਪਾਲ ਸਿੰਘ ਜੀ, ਸਾਰੇ ਜਾਣਦੇ ਹੈ, ਸਾਰੇ ਮੁਖੀ ਸਤਨਾਮ ਸਿੰਘ ਜੀ ਸਾਰੇ, ਵੀ ਬਾਬਾ ਜੀ ਨੇ ਹਲੇ ਤੱਕ ਉਹ 2.5 ਮੀਟਰ ਦੀ ਦਸਤਾਰ ਸਜਾਈ ਹੈ ਹਲੇ ਤੱਕ, ਉਦੋਂ ਵੱਡੀ ਦਸਤਾਰ ਨਹੀਂ ਸਜਾਈ ਝੋਲੀ 'ਚ। ਬਾਬਾ ਜੀ ਨੇ ਆਪਾਂ ਨੂੰ ਐਡੀਆਂ ਦਾਤਾਂ ਦਿੱਤੀਆਂ। ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਆਪਾਂ ਦਰਸ਼ਨ ਕਰਦੇ ਹਾਂ, ਕਹਿੰਦੇ ਰੱਬ ਕਿੱਡਾ ਹੈ, ਭਦੌੜ ਬਚਨ ਕੀਤੇ, ਕਹਿੰਦੇ ਜਿੱਡਾ ਕੁ ਸਮਝ ਲੇ, ਓਡਾ ਰੱਬ ਜਿੱਡਾ ਕੁ ਸਮਝ ਲੇ। ਹੁਣ ਆਪਾਂ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਦੇ ਚਰਨ ਪਰਸ ਰਹੇ ਹਾਂ, ਕਿ ਆਪਣੀ ਔਕਾਤ ਹੈ ਇਹ? ਨਹੀਂ, ਉਹਨਾਂ ਦੀ ਮਿਹਰ ਹੈ, ਉਹਨਾਂ ਦੀ ਨਜ਼ਰ ਹੈ। ਫਿਰ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਆਪਾਂ ਨੂੰ ਕੀ ਦਿੱਤਾ? ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ। ਹੁਣ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਜਿਹੜੇ ਬਾਬਾ ਜੀ ਨੇ ਸਾਨੂੰ ਬਾਬਾ ਗੁਰਦੇਵ ਸਿੰਘ ਜੀ ਦੀ ਬਖਸ਼ਿਸ਼ ਕੀਤੀ, ਉਹ ਆਪ ਕਿੱਡਾ ਵੱਡਾ ਹੋਣਗੇ ਮਹਾਂਪੁਰਖ। ਸੋ ਪਿਆਰਿਓ, ਬਹੁਤ ਵੱਡੇ ਭਾਗਾਂ ਵਾਲੇ ਹਾਂ ਆਪਾਂ, ਆਪਾਂ ਨੂੰ ਸਤਿਗੁਰ ਨੇ ਇਹ ਸਮੇਂ ਬਖਸ਼ਿਸ਼ ਕੀਤੇ ਹੈ। ਬਾਬਾ ਈਸ਼ਰ ਸਿੰਘ ਮਹਾਰਾਜ ਦੇ ਬਚਨ ਸਨ, ਜੇ ਜਾਣਾ ਲੜ ਛਿੱਜਣਾ, ਪੀਟੀ ਪਾਈ ਗੱਡ,
ਉਹ ਕਹਿੰਦੇ ਬਚਨਾਂ 'ਚ ਟੇਪਾਂ 'ਚ ਭਰੇ ਵੇ, ਪੀਚ ਕੇ ਗੰਢ ਪਾਈਏ, ਪੀਚ ਕੇ ਪੀਚ ਕੇ। ਗੁਸਾਈ ਮਹਿੰਡਾ ਇੱਠੜਾ, ਅੰਬ ਅੱਬੇ ਥਾਵੋਂ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਏ ਜੀਓ, ਭੁੱਲਾ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।